ਹੈਲੋ एवरीवन ਵੈਲਕਮ ਟੂ ਬ੍ਰਾਈਟ ਸਕਸੈਸ ਸਟੂਡੈਂਟਸ ਅੱਜ ਅਸੀਂ ਪੀ 3 ਬੀ ਦੀਆਂ ਨਵੀਆਂ ਪੋਸਟਾਂ ਦੀ ਗੱਲ ਕਰਨ ਜਾ ਰਹੇ ਹਾਂ ਜਿਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਦੀ ਅਫੀਸ਼ੀਅਲ ਸਾਈਟ ਨੋਟ ਕਰ ਲੈਣੀ ਹੈ ਜੋ ਵੀ ਚੀਜ਼ ਤੁਹਾਨੂੰ ਨਹੀਂ ਸਮਝ ਆਉਂਦੀ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਠੀਕ ਆ ਤਾਂ ਇਹਦੇ ਵਿੱਚ ਕੀ ਹੈਗੀਆਂ ਜਿਹੜੀਆਂ ਇੰਪੋਰਟੈਂਟ ਡੇਟਸ ਨੇ ਉਹ ਹੈਗੀਆਂ 19 ਨੂੰ ਜਿਹੜਾ ਇਹਦਾ ਇਤਿਸ਼ਿਹਾਰ ਹੈਗਾ ਜਿਹੜਾ ਪ੍ਰਕਾਸ਼ਿਤ ਹੋਇਆ ਹੈਗਾ ਐਂਡ ਅਪਲਾਈ ਕਰਨ ਦੀ ਜੋ ਡੇਟ ਹੈਗੀ ਹੈ ਉਹ ਹੈਗੀ ਹੈ 20 12 2022 ਐਂਡ ਜੋ ਲਾਸਟ ਡੇਟ ਹੈਗੀ ਉਹ ਹੈਗੀ 30 12 2022 ਸੋ ਤੁਹਾਡੇ ਕੋਲੇ ਕੁਝ ਦਿਨ ਹੈਗੇ ਨੇ ਤੁਸੀਂ ਜ਼ਰੂਰ ਇਸ ਨੂੰ ਅਪਲਾਈ ਕਰਨਾ ਫੀਸ ਹੈਗੀ ਜਿਹੜੀ ਤੁਸੀਂ ਉਹ 2 1 ਮਤਲਬ ਕਿ 2 ਜਨਵਰੀ ਤੱਕ ਭਰ ਸਕਦੇ ਹੋ ਤਾਂ ਆਪਾਂ ਦੇਖ ਲੈਣੇ ਕਿ ਪੋਸਟਾਂ ਕਿਹੜੀਆਂ ਨੇ ਪੋਸਟਾਂ ਹੈਗੀਆਂ ਨੇ ਜੀ ਗਰੁੱਪ ਸੀ ਦੀਆਂ ਤਾਂ ਗਰੁੱਪ ਸੀ ਰੀਅਮ ਪੋਸਟਾਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਅਸਾਮੀਆਂ ਕੱਢੀਆਂ ਹੈਗੀਆਂ ਤਾਂ ਉਹ ਹੈਗੀਆਂ ਪਹਿਲੀ ਅਸਾਮੀ ਹੈ ਸਹਾਇਕ ਖਜ਼ਾਨਚੀ ਤਾਂ ਜਿਹਦੇ ਵਿੱਚ ਟੋਟਲ ਪੋਸਟਾਂ ਨੇ 53 ਠੀਕ ਆ ਜਿਹਦੇ ਵਿੱਚ ਇਸਤਰੀਆਂ ਲਈ ਵੀ ਸੀਟਾਂ ਰਾਖਵੀਂ ਰੱਖਿਆਗੇ ਇਹਨਾਂ ਨੇ ਤਾਂ ਕੀ ਹੈ ਇਸ ਪੋਸਟ ਦੇ ਵਿੱਚ ਜੋ ਤੁਹਾਡਾ ਮਤਲਬ ਕਿ ਜਨਰਲ ਹੈਗੇ ਨੇ ਜੋ ਉਹਨਾਂ ਦੀਆਂ ਜੋ ਵੈਕੈਂਸੀਜ਼ ਹੈਗੀਆਂ ਨੇ ਉਹ ਹੈਗੀਆਂ ਨੇ 21 ਐਂਡ ਲੇਡੀਜ਼ ਦੀਆਂ ਹੈਗੀਆਂ ਨੇ 6 ਇਕਨੋਮਿਕਲੀ ਵੀਕਰ ਹੈਗੇ ਨੇ ਜੋ ਉਹਨਾਂ ਦੀ ਹੈਗੀਆਂ ਨੇ 5 ਐਂਡ ਔਰਤਾਂ ਲਈ 2 ਨੇ ਐਸਸੀ ਦੀਆਂ 7 ਨੇ ਲੇਡੀਜ਼ ਲਈ 3 ਨੇ ਐਸਸੀ ਰਮਦਾਸੀਆ ਦੀਆਂ 6 ਨੇ ਐਂਡ ਲੇਡੀਜ਼ ਲਈ 2 ਨੇ ਬੈਕਵਰਡ ਕਲਾਸ ਦੀਆਂ 2 ਨੇ ਇਹਦੇ ਵਿੱਚ 1 ਆ ਠੀਕ ਆ ਐਂਡ ਨੈਕਸਟ ਐਕਸ ਸਰਵਿਸਮੈਨ ਜਨਰਲ ਦੀਆਂ ਆ ਗਈਆਂ ਠੀਕ ਆ ਐਕਸ ਸਰਵਿਸਮੈਨ ਦੀਆਂ ਆ ਗਈਆਂ ਸੀਰੀਅਲ ਵਾਈਜ਼ ਪਰ ਟੋਟਲ ਪੋਸਟਾਂ ਹੈਗੀਆਂ ਨੇ 53 ਲੇਡੀਜ਼ ਲਈ ਸਪੈਸ਼ਲ ਇਹਦੇ ਵਿੱਚ ਨੇ 17 ਠੀਕ ਆ ਨੈਕਸਟ ਸੈਕੰਡ ਵਿਭਾਗ ਦੇ ਵਿੱਚੋਂ ਕਹਿੰਦੇ ਡਾਇਰੈਕਟੋਰੇਟ ਸੱਭਿਆਚਾਰਕ ਮਾਮਲੇ ਪ੍ਰਤਤਵ ਤੇ ਅਜਾਇਬ ਘਰ ਪੰਜਾਬ ਸੱਭਿਆਚਾਰਕ ਮਾਮਲਾ ਵਿਭਾਗ ਹੈਗਾ ਜਿਹੜਾ ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਪੋਸਟਾਂ ਕੱਢੀਆਂ ਨੇ ਗੈਲਰੀ ਸਹਾਇਕ ਦੀਆਂ ਗੈਲਰੀ ਸਹਾਇਕਤਿਆਂ ਚ ਪੋਸਟਾਂ ਨੇ ਉਹਨੇ 7 ਤਾਂ ਇਹਦੇ ਵਿੱਚ ਜਨਰਲ ਦੀ ਇੱਕ ਪੋਸਟਾਂ ਈਵੀਐਸ ਦੀ ਇੱਕ ਹੈਗੀ ਐ ਐਸਸੀ ਦੀ ਇੱਕ ਹੈਗੀ ਐ ਟੋਟਲ ਪੋਸਟਾਂ ਆਪਾਂ ਦੇਖ ਲੈਣੇ ਆ ਟੋਟਲ ਹੈਗੀਆਂ ਨੇ ਸਾਰੀਆਂ ਕਾਸਟਸ ਦੇ ਅਕੋਰਡਿੰਗ 7 ਪੋਸਟਾਂ ਐਂਡ ਨੈਕਸਟ ਹੈ ਪੂਰਾ ਲੇਖ ਵਿਭਾਗ ਮਤਲਬ ਇਹ ਸੱਭਿਆਚਾਰਕ ਸਿਸਟਮ ਨਾਲ ਰਿਲੇਟਡ ਹੈਗੀਆਂ ਪੁਰਾਣੇ ਲੇਖ ਵਿਭਾਗ ਦੇ ਵਿੱਚ ਕੈਟਾਲਾਗ ਦੀਆਂ ਵੈਕੈਂਸੀਜ਼ ਨੇ ਜਨਰਲ ਦੀ ਇੱਕ ਹੈਗੀ ਆ ਠੀਕ ਆ ਫਿਰ ਆਗੀਆਂ ਜਿਲਦ ਸਾਜ ਜਿਲਦ ਸਾਜ ਦੇ ਵਿੱਚ ਤਿੰਨ ਪੋਸਟਾਂ ਨੇ ਜਨਰਲ ਦੀਆਂ ਐਸਸੀ ਦੀ ਇੱਕ ਹੈਗੀ ਆ ਫਿਰ ਆਗੇ ਜੂਨੀਅਰ ਤਕਨੀਕੀ ਸਹਾਇਕ ਇਹਦੇ ਵਿੱਚ ਜੂਨੀਅਰ ਜਨਰਲ ਦੀ ਇੱਕ ਹੈਗੀ ਆ ਫਿਰ ਹੈਗੇ ਆ ਡਾਇਰੈਕਟਰ ਖੇਤੀਬਾੜੀ ਕਿਸਾਨ ਵਿਭਾਗ ਤਾਂ ਖੇਤੀਬਾੜੀ ਕਿਸਾਨ ਵਿਭਾਗ ਦੇ ਵਿੱਚ ਲੈਬਾਰਟਰੀ ਸਹਾਇਕ ਮੰਗੇ ਜਿਹੜੇ ਤੇ ਇਹਦੇ ਵਿੱਚ ਟੋਟਲ ਪੋਸਟਾਂ ਹੈਗੀਆਂ ਨੇ ਜਿਹੜੀਆਂ ਉਹ ਹੈਗੀਆਂ ਨੇ ਆਪਣੀਆਂ 4 ਐਂਡ 9 ਪੋਸਟਾਂ ਨੇ ਠੀਕ ਆ ਤਾਂ ਖੇਤੀਬਾੜੀ ਉਪਨਿਰੀਖਕ ਨੇ ਜਿਹੜੇ ਉਹਨਾਂ ਦੀਆਂ 150 ਅਸਾਮੀਆਂ ਨੇ ਟੋਟਲ ਠੀਕ ਆ ਤਾਂ ਕੀ ਹੈਗਾ ਕੈਟਾਗਰੀ ਦੇ ਵਾਈਜ਼ ਕਹਿੰਦੇ ਉਹਨਾਂ ਨੇ ਮੰਗ ਪੱਤਰ ਕੀਤੇ ਹੈਗੇ ਆ ਠੀਕ ਆ ਘਟਾਈਆਂ ਵਧਾਈਆਂ ਜਾ ਸਕਦੀਆਂ ਹੈਗੀਆਂ ਜਿਹੜੀਆਂ ਵੈਕੈਂਸੀਜ਼ ਨੇ ਸਮੇਂ ਦੇ ਅਕੋਰਡਿੰਗ ਆ ਲਾਸਟ ਡੇਟ ਤੱਕ ਤੁਸੀਂ ਇਹਦਾ ਦਾ ਧਿਆਨ ਰੱਖਣਾ ਹੈਗਾ ਇਹ ਕੋਡ ਦੇ ਰੱਖਿਆ ਕੈਟਾਗਰੀ ਦੇ ਅਕੋਰਡਿੰਗ ਠੀਕ ਆ ਨੈਕਸਟ ਜਿਹੜੀ ਐਜੂਕੇਸ਼ਨ ਮਤਲਬ ਕਿ ਕੁਆਲਿਫਿਕੇਸ਼ਨ ਹੈਗੀ ਆ ਉਹ ਕੀ ਹੈਗੀ ਆ ਪਹਿਲਾ ਹੈਗਾ ਜੋ ਸਹਾਇਕ ਖਜਾਨਚੀ ਜਿਹਦੇ ਵਿੱਚ 53 ਪੋਸਟਾਂ ਕੱਢੀਆਂ ਨੇ ਉਹਨਾਂ ਨੇ ਕਹਿੰਦੇ ਫਰਸਟ ਕਲਾਸ ਮੈਟ੍ਰਿਕ ਕਲਿਟ ਔਰ ਆ ਗ੍ਰੈਜੂਏਟ ਆਫ ਰੈਕਗਨਾਈਜ਼ਡ ਯੂਨੀਵਰਸਿਟੀ ਮਤਲਬ ਕਿ ਤੁਹਾਡੀ ਜਿਹੜੀ ਮੈਟ੍ਰਿਕ ਹੈਗੀ ਉਹ ਪੰਜਾਬੀ ਦੇ ਵਿੱਚ ਹੋਵੇ ਤੇ ਗ੍ਰੈਜੂਏਟ ਹੋਵੇ ਮੈਥਮੈਟਿਕਸ ਐਜ਼ ਵਨ ਆਫ ਦਾ ਸਬਜੈਕਟ ਐਜ਼ ਦਾ ਮੈਟ੍ਰਿਕ ਲੈਕਸ਼ਨ ਲੈਵਲ ਵੀ ਜਿਹੜੀ ਗ੍ਰੈਜੂਏਸ਼ਨ ਹੈਗੀ ਆ ਉਹ ਮੈਥਮੈਟਿਕਸ ਚ ਹੋਣੀ ਚਾਹੀਦੀ ਆ ਠੀਕ ਆ ਤਾਂ ਪ੍ਰੀਫਰੈਂਸ ਸ਼ਲ ਬੀ 기ਵਨ ਟੂ ਅ ਪਰਸਨਲ ਹੈਵਿੰਗ ਐਨ ਐਕਸਪੀਰੀਅੰਸ ਆਫ ਹੈਂਡਲਿੰਗ ਕੈਸ਼ ਔਰ ਸਟੈਂਪਸ ਇਨ ਅ ਬੈਂਕ ਔਰ ਪੋਸਟ ਆਫਿਸ ਪੀਰੀਅਡ ਆਫ 1 ਇਅਰ ਐਂਡ ਨੈਕਸਟ ਹੈ ਜਿਹਦੇ ਵਿੱਚ ਗੈਲਰੀ ਸਹਾਇਕਾ ਗੈਲਰੀ ਸਹਾਇਕ ਦੇ ਵਿੱਚ ਵੀ ਉਹਨਾਂ ਨੇ ਸ਼ੁੱਡ ਬੀ ਗ੍ਰੈਜੂਏਟ ਇਨ ਹਿਸਟਰੀ ਹਿਸਟਰੀ ਦੀ ਜਿਹੜੀ ਗ੍ਰੈਜੂਏਟ ਮੰਗੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ 6 ਮੰਥ ਦਾ ਟ੍ਰੇਨਿੰਗ ਫੀਲਡ ਦੇ ਵਿੱਚ ਐਕਸਪੀਰੀਅੰਸ ਮੰਗਿਆ ਹੈਗਾ ਫੀਲਡ ਆਰਟਿਸਟ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ 뮤직 অর ਡਰਾਮਾ ਦੀ ਜਿਹੜੀ ਡਿਗਰੀ ਹੋਣੀ ਚਾਹੀਦੀ ਆ ਟੈਕਸੀ ਡਾਰਮਿਸਟ ਦੇ ਵਿੱਚ ਬੀਐਸਸੀ ਜੀਓਲੋਜੀ ਮੰਗੀ ਹੈਗੀ ਉਹਨਾਂ ਨੇ ਠੀਕ ਆ ਪੂਰਾ ਲੇਖ ਕੈਟਾਲਾਗਰ ਹੈਗੀ ਆ ਜੋ ਉਹਦੇ ਵਿੱਚ ਉਹਨਾਂ ਨੇ ਗ੍ਰੈਜੂਏਟ ਮੰਗੀ ਆ ਠੀਕ ਆ ਉਰਦੂ ਲੈਂਗੁਏਜ ਐਂਡ ਕੰਪਿਊਟਰ ਕੋਰਸ ਇਨਫੋਰਮੇਸ਼ਨ ਟੈਕਨੋਲੋਜੀ ਐਪਲੀਕੇਸ਼ਨ ਜਿਲਦ ਸਾਜ਼ ਦੇ ਵਿੱਚ ਜਿਹੜੀ ਗ੍ਰੈਜੂਏਸ਼ਨ ਮੰਗੀ ਹੈਗੀ ਉਹਨਾਂ ਨੇ ਜੂਨੀਅਰ ਸਹਾਇਕ ਤਕਨੀਕੀ ਦੇ ਵਿੱਚ ਉਹਨਾਂ ਨੇ ਉਰਦੂ ਲੈਂਗੁਏਜ ਵਿੱਚ ਜਿਹੜਾ ਡਿਪਲੋਮਾ ਜਾਂ ਡਿਗਰੀ ਕਹਿ ਸਕਦੇ ਆ ਉਹ ਲੈਵਲ ਦਾ ਤੁਹਾਡਾ ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ ਠੀਕ ਆ ਇਸੇ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਪੋਸਟ ਹੈਗੀਆਂ ਨੇ ਨਾਲ ਨਾਲ ਉਹਨਾਂ ਦੀ ਉਹਨਾਂ ਨੇ ਕੁਆਲਿਫਿਕੇਸ਼ਨ ਦੇ ਰੱਖੀ ਹੈਗੀ ਆ ਤਾਂ ਜ਼ਰੂਰੀ ਇਹਦੇ ਵਿੱਚ ਕੀ ਹੈਗਾ ਉਹ ਕਹਿੰਦੇ ਵੀ 10ਵੀਂ ਪੱਧਰ ਦੇ ਪੰਜਾਬੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਹੋਣੀ ਲਾਜ਼ਮੀ ਹੈ ਅਰ 10ਵੀਂ ਤੁਹਾਡੀ ਪੰਜਾਬੀ ਦੇ ਨਾਲ ਜ਼ਰੂਰੀ ਹੈਗੀ ਆ ਹੁਣੀ ਠੀਕ ਆ ਪੰਜਾਬ ਸਰਕਾਰ ਵੱਲੋਂ ਇਹ ਜਿਹੜੀ ਚੀਜ਼ ਜਾਰੀ ਕੀਤੀ ਗਈ ਆ ਫਿਰ ਰੱਖਵਾ ਕਰਨ ਆ ਗਿਆ ਠੀਕ ਆ ਇਹ ਫੁੱਲ ਡਿਟੇਲ ਹੈਗੀ ਆ ਫਿਰ ਜਿਹੜਾ ਸੈਲਰੀ ਸਕੇਲ ਹੈਗਾ ਇਹਦੀ ਡਿਟੇਲ ਹੈਗੀ ਆ ਠੀਕ ਆ ਇਹ ਸਾਰੀ ਜਿਹੜੀ ਸੈਲਰੀ ਦੇ ਰੱਖੀ ਉਹਨਾਂ ਨੇ ਆ ਮੈਂ ਤੁਹਾਨੂੰ ਜਿਹੜਾ ਪੀਡੀਐਫ ਹੈਗਾ ਉਹ ਟੈਲੀਗ੍ਰam ਤੇ ਅਵੇਲੇਬਲ ਕਰਾ ਦੇਗੀ ਆਪਣੇ ਚੈਨਲ ਨੂੰ ਜੁਆਇਨ ਕਰ ਲਓ ਤੁਸੀਂ ਉੱਥੋਂ ਉੱਥੋਂ ਤੁਹਾਨੂੰ ਪੂਰੀ ਡਿਟੇਲ ਹੈਗੀ ਜਿਹੜੀ ਇਹਦੀ ਮਿਲ ਜੂਗੀ ਸੋ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਸਾਰੇ ਬੱਚਾ ਨੇ ਇਸ ਨੂੰ ਜ਼ਰੂਰ ਅਪਲਾਈ ਕਰਨਾ ਠੀਕ ਹੈ ਜੀ ਇਸੇ ਤਰ੍ਹਾਂ ਤੁਹਾਡੇ ਲਈ ਵੱਧ ਤੋਂ ਵੱਧ ਵੈਕੈਂਸੀਜ਼ ਲੈ ਕੇ ਆਉਂਦੇ ਰਹਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰਦਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਥੈਂਕਸ ਫॉर ਵਾਚਿੰਗ